ਮੋਹਾਲੀ ਵਿੱਚ ਆਉਣ ਵਾਲੇ ਸਾਵਧਾਨ ਹੋ ਜਾਣ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਵੱਡੀ ਚਿੰਤਾਜਨਕ ਦੀ ਘੜੀ ਹੈ। ਮੋਹਾਲੀ ਦੇ ਵਿੱਚ ਹੁਣ ਡਿਜੀਟਲ ਕੈਮਰੇ ਵੀ ਤੁਹਾਡਾ ਚਲਾਨ ਕੱਟਣਗੇ, ਕਿਉਂਕਿ ਉੱਪਰ ਵਾਲਾ ਸਭ ਕੁਝ ਵੇਖੇਗਾ। ਇਹ ਕਹਾਵਤ ਸਹੀ ਸਾਬਤ ਹੋਣ ਜਾ ਰਹੀ ਹੈ। ਆਨਲਾਈਨ ਚਲਾਨ ਕੱਟ ਕੇ ਤੁਹਾਡੇ ਘਰ ਭੇਜ ਦਿੱਤਾ ਜਾਏਗਾ। ਇੱਕ ਤੋਂ ਜ਼ਿਆਦਾ ਵਾਇਲੇਸ਼ਨਸ ਹੋਈਆਂ ਤਾਂ ਸਿਰਦਰਦੀ ਕਿਵੇਂ ਵਧੇਗੀ, ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਆਖਿਰਕਾਰ ਵੱਡੀ ਮੁਸੀਬਤ 'ਚ ਤੁਸੀਂ ਆ ਸਕਦੇ ਹੋ ਜੇਕਰ ਤੁਸੀਂ ਮੋਹਾਲੀ ਦੇ ਵਿੱਚ ਟਿੱਚ ਜਾਣਿਆ ਕਿ ਹੁਣ ਸਾਰਾ ਪਿੰਡ ਮਿੱਤਰਾਂ ਦਾ ਹੈ। ਇਹ ਗੱਲ ਤੁਹਾਨੂੰ ਭੁੱਲਣੀ ਪਏਗੀ। ਜੇ ਗੱਲ ਨਹੀਂ ਭੁੱਲੋਗੇ, ਲਾਇਸੈਂਸ ਸਰੈਂਡਰ ਕਰਨਾ ਪੈ ਸਕਦਾ ਹੈ। ਪੰਜਾਬ ਦੀ ਪੁਲਿਸ ਹੁਣ ਇਸ ਮਸਲੇ 'ਤੇ ਕਲੀਅਰ ਕੱਟ ਹੈ ਕਿ ਟ੍ਰੈਫਿਕ ਦੇ ਨਿਯਮਾਂ ਦੀ ਵਾਇਲੇਸ਼ਨ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ। ਹਾਲਾਂਕਿ ਆਨਲਾਈਨ ਚਲਾਨ ਅਤੇ ਆਫਲਾਈਨ ਚਲਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਹੋ ਰਹੇ ਨੇ, ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜਿੱਥੇ ਬੜੀ ਜ਼ਰੂਰੀ ਹੋਏਗੀ। ਮੋਹਾਲੀ ਦੇ ਵਿੱਚ ਆਨਲਾਈਨ ਚਲਾਨ ਇਹਨਾਂ ਦੇ ਕੱਟਣ ਜਾ ਰਹੇ ਨੇ, ਤਾਂ 400 ਤੋਂ ਜ਼ਿਆਦਾ ਕੈਮਰੇ ਮੋਹਾਲੀ ਦੇ ਵੱਖਰੇ ਰੂਟਸ 'ਤੇ ਲਗਾ ਦਿੱਤੇ ਗਏ ਨੇ, ਜਿਹੜੇ ਤੁਹਾਡੇ 'ਤੇ ਤਿੱਖੀ ਨਜ਼ਰ ਤਾਂ ਰੱਖਣਗੇ ਹੀ ਕਿ ਤੁਸੀਂ ਕਿਹੜੇ ਗੈਰ ਕਾਨੂੰਨੀ ਕੰਮ ਸੜਕਾਂ 'ਤੇ ਕਰ ਰਹੇ ਹੋ, ਬਲਕਿ ਤੁਹਾਡੇ ਵੱਲੋਂ ਕੀਤੀਆਂ ਵਾਇਲੇਸ਼ਨਸ ਦੀ ਵੀ ਉਹ ਨਜ਼ਰ ਰੱਖਣ, ਕਿਉਂਕਿ ਚੰਡੀਗੜ੍ਹ ਦੇ ਵਿੱਚ ਕਰੋੜਾਂ ਰੁਪਇਆ ਸਰਕਾਰ ਇਹਨਾਂ ਚਲਾਨਾਂ ਤੋਂ ਕਮਾ ਰਹੀ ਹੈ। ਆਖਿਰਕਾਰ ਕੈਮਰੇ ਹੈ ਕਿਹੜੇ ਨੇ, ਤੁਹਾਨੂੰ ਅਸੀਂ ਚਾਨਣਾ ਪਾ ਦਈਏ। ਤੁਹਾਡੀ ਅੱਖ ਖੋਲ੍ਹਣੀ ਜ਼ਰੂਰੀ ਹੈ, ਕਿਉਂਕਿ ਪੁਲਿਸ ਨੇ ਇੱਕ ਹੋਰ ਤੀਜੀ ਅੱਖ ਲਗਾ ਦਿੱਤੀ ਹੈ। ਕੈਮਰਿਆਂ ਦੀ ਕੁਆਲਿਟੀ ਬੜੀ ਜ਼ਬਰਦਸਤ ਮੰਨੀ ਗਈ ਹੈ, ਜਿਹਨਾਂ ਨੂੰ ANPR ਕੈਮਰੇ ਕਿਹਾ ਜਾਂਦਾ ਹੈ। ਦੱਸਾਂਗੇ ਕਿ 216 ਕੈਮਰੇ ਕਿਹੜੀ ਕਿਸਮ ਦੇ ਲਗਾਏ ਗਏ, RLVD ਹੁੰਦਾ ਕੀ ਹੈ, ਕਿਉਂਕਿ ਬਹੁਤੀ ਟੈਕਨੀਕਲ ਭਾਸ਼ਾ ਆਮ ਲੋਕ ਨਹੀਂ ਜਾਣਦੇ, ਇਸ ਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਤਾਂ ANPR 216, RLVD ਕੈਮਰੇ 63 ਅਤੇ ਬੁਲੇਟ ਕੈਮਰੇ 104 ਲਗਾਏ ਗਏ ਨੇ। ਇਸ ਦੇ ਨਾਲ ਹੀ PTZ ਕੈਮਰੇ 22 ਲਗਾਏ ਗਏ ਨੇ। ਇਹ ਹੁੰਦੇ ਕੀ ਨੇ, ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਜਿਹੜੀਆਂ ਕਿਸਮਾਂ ਲਗਾਈਆਂ ਗਈਆਂ ਨੇ, ਇਹ ਟੈਕਨੀਕਲ ਲੋਕ ਤਾਂ ਜਾਣ ਲੈਣਗੇ ਕਿ ਹਾਂ ਠੀਕ ਹੈ ਇਸ ਤਰੀਕੇ ਨਾਲ ਕੈਮਰੇ ਲੱਗੇ ਨੇ। ਤਾਂ ਕਿਹੜੇ ਕੈਮਰੇ ਲੱਗੇ ਨੇ, ਤਾਂ ਸਭ ਤੋਂ ਪਹਿਲੇ ਇੰਪੋਰਟੈਂਟ ਰੋਲ ਦੇ ਵਿੱਚ ਆਟੋਮੈਟਿਕ ਨੰਬਰ ਪਲੇਟ ਡਿਟੈਕਟਰ ਰੈਕੋਗਨਾਈਜ਼ਿੰਗ, ਜਾਣ ਕੇ ਰੈਕੋ ਕਰਨ ਦੇ ਲਈ ਜਿਸ ਤਰੀਕੇ ਨਾਲ ਕੈਮਰੇ ਲੱਗੇ ਨੇ, ਰੈਕੋਗਨਾਈਜੇਸ਼ਨ ਹੋ ਸਕਦੀ ਹੈ। ANPR ਉਹਨਾਂ ਨੂੰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ RLVD ਕੀ ਹੁੰਦਾ, ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰਾ। ਤੁਸੀਂ ਰੈੱਡ ਲਾਈਟ ਕ੍ਰੋਸ ਕੀਤੀ, ਜੁਰਮਾਨਾ ਤਾਂ ਜ਼ਬਰਦਸਤ ਲੱਗੇਗਾ ਹੀ ਲੱਗੇਗਾ, ਪੈਨਲਟੀ ਵੀ ਲੱਗ ਸਕਦੀ ਹੈ, ਕਿਉਂਕਿ ਰੈੱਡ ਲਾਈਟ ਕ੍ਰੋਸ ਕਰਨ 'ਤੇ ਬੜੀਆਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਕਰਕੇ ਮੋਹਾਲੀ ਪੁਲਿਸ ਨੇ ਹੁਣ ਇਹ ਮਨ ਬਣਾ ਲਿਆ ਕਿ ਹੁਣ ਅਸੀਂ ਬਖਸ਼ਾਂਗੇ ਨਹੀਂ, ਕਿਉਂਕਿ ਹਰ ਇੱਕ ਸ਼ਖਸ ਜੇਬ ਦੇ ਵਿੱਚ ਅਫਸਰ ਦਾ ਨੰਬਰ ਰੱਖਦਾ ਹੈ। ਜਦੋਂ ਕਿਸੇ ਨੂੰ ਘੇਰਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਫੋਨ ਹੀ ਮੁਲਾਜ਼ਮ ਦੇ ਕੰਨ 'ਤੇ ਲਗਾਇਆ ਜਾਂਦਾ ਹੈ ਕਿ ਮੈਨੂੰ ਬਚਾਓ ਜੀ, ਮੇਰਾ ਚਲਾਨ ਕੱਟਿਆ ਜਾਏਗਾ। ਤਾਂ ਪੰਜਾਬ ਪੁਲਿਸ ਨੇ ਕਹਿ ਦਿੱਤਾ ਕਿ ਹੁਣ ਕੋਈ ਸਿਫਾਰਿਸ਼ ਨਹੀਂ ਹੈ। ਜਿਸ ਤਰੀਕੇ ਦੇ ਕੈਮਰੇ ਲੱਗੇ ਨੇ, ਤਾਂ ਤੀਜੀ ਕੈਮਰੇ ਦੀ ਕੁਆਲਿਟੀ ਦੇਖੋ ਕਿ ਪੈਨ ਟਿਲਟ ਜ਼ੂਮ ਆ, ਇਸ ਤਰੀਕੇ ਨਾਲ ਨਹੀਂ ਕਿ ਕੈਮਰਾ ਇੱਕ ਵਾਰੀ ਲਗਾ ਦਿੱਤਾ ਤਾਂ ਕੋਈ ਚੱਕਰ ਨਹੀਂ। ਜਿਹੜੀ ਜ਼ੂਮਿੰਗ ਕਪੈਸਿਟੀ ਉਸ ਕੈਮਰੇ ਦੀ ਹੈ ਉਹ 100 ਤੋਂ 150 ਮੀਟਰ ਦੀ ਹੈ, ਯਾਨੀ ਕਿ ਤੁਸੀਂ 150 ਮੀਟਰ 'ਤੇ ਬੈਲਟ ਨਹੀਂ ਲਗਾਈ, ਤੁਸੀਂ ਨੇੜੇ ਆ ਕੇ ਕਹਿ ਦੇਣਾ ਚਲੋ ਭਾਈ ਕੈਮਰਾ ਅੱਗੇ ਫਟਾਫਟ ਬੈਲਟ ਲਗਾ ਲਓ, ਨਾ ਇਹ ਨਹੀਂ ਚੱਲੇਗਾ। ਤੁਹਾਨੂੰ ਫੋਰਸਿਸ ਕੈਮਰੇ 'ਚ ਬੈਠੇ ਨੂੰ ਡਿਟੈਕਟ ਕਰਨਗੀਆਂ, ਜ਼ੂਮ ਕਰਕੇ ਕੱਲੀ ਕੱਲੀ ਚੀਜ਼ 'ਤੇ ਤੁਹਾਡੀ ਨਜ਼ਰ ਹੋਏਗੀ। ਇਸ ਕਰਕੇ ਮੋਹਾਲੀ 'ਚ ਆਉਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ, ਤੁਹਾਡੇ ਕੰਮ ਦੀ ਹੈ, ਤੁਹਾਡਾ ਚਲਾਨ ਨਾ ਕੱਟੇ। ਇਸੇ ਕਰਕੇ ਸਾਰਥਕ ਜਾਣਕਾਰੀ ਅਸੀਂ ਲੈ ਕੇ ਆਉਂਦੇ ਹਾਂ। ਖਾਸੀਅਤ ਕੀ ਹੈ, ਜ਼ੂਮਿੰਗ ਦਾ ਫੰਕਸ਼ਨ ਇਹਨਾਂ 'ਚ ਜ਼ਬਰਦਸਤ ਹੈ, ਤਾਂ ਪੈਨ ਟਿਲਟ ਇਸੇ ਤਰੀਕੇ ਨਾਲ ਨਹੀਂ ਕਿ ਇੱਕ ਕੈਮਰਾ ਉਹਨੇ ਲਗਾ ਦਿੱਤਾ ਤਾਂ ਸਿਰਫ ਅਗਲਾ ਫਰੰਟ ਉਸਨੇ ਕਾਪੀ ਕਰਨਾ, ਉਹ 360 ਡਿਗਰੀ 'ਤੇ ਕੈਮਰੇ ਘੁੰਮਣਗੇ। ਇਸ ਤਰੀਕੇ ਦੇ ਹਾਈ ਟੈਕਨੀਕਲ ਕੈਮਰੇ ਲਗਾਏ ਗਏ ਨੇ, ਜਿਨ੍ਹਾਂ ਨੇ ਸਭ ਕੁਝ ਦੇਖਣਾ ਹੈ ਕਿ ਆਖਿਰਕਾਰ ਹੋ ਕੀ ਰਿਹਾ ਸੜਕਾਂ 'ਤੇ। 200 ਮੀਟਰ, ਯਾਨੀ ਕਿ 150 ਤੋਂ 200 ਮੀਟਰ ਤੱਕ ਦਾ ਜ਼ੂਮ ਹੈ। 200 ਮੀਟਰ ਬਹੁਤ ਵੱਡਾ ਹੁੰਦਾ ਹੈ, 200 ਮੀਟਰ ਬਹੁਤ ਵੱਡਾ ਰੇਡੀਅਸ ਹੈ ਜਿਸ ਨੂੰ ਉਹ ਜ਼ੂਮਿੰਗ ਕਵਰ ਦੇ ਤੌਰ 'ਤੇ ਲਿਆ ਜਾਏਗਾ। ਰੈੱਡ ਲਾਈਟ ਕ੍ਰੋਸ ਕੀਤੀ,
ਛੋਟੇ ਵਾਹਨ ਦੀ ਪਲੇਟ ਨਹੀਂ, ਨੰਬਰ ਡਿਟੈਕਟ ਕਰਨ ਦੇ ਵਿੱਚ ਸਭ ਕੁਛ ਫੜੇ ਜਾਊਂਗੇ, ਯਾਨੀ ਕਿ ਸਭ ਫੜੇ ਜਾਣਗੇ। ਸਿੱਧੇ ਤੌਰ 'ਤੇ ਕਹਿ ਰਹੇ ਹਾਂ ਕਿ ਜੇਕਰ ਤੁਸੀਂ ਮੋਹਾਲੀ ਦੇ ਵਿੱਚ ਹੁਣ ਵਾਇਲੇਸ਼ਨਸ ਕੀਤੀਆਂ ਤਾਂ ਵੱਡੀ ਇਨਫੋਰਮੇਸ਼ਨ ਲੈ ਕੇ ਅਸੀਂ ਹਾਜ਼ਰ ਹੋਏ ਸੀ, ਜਿਸ 'ਚ ਦੱਸਿਆ ਕਿ ਹੁਣ CCTV ਕੈਮਰੇ ਦੇ ਨਾਲ ਨਾਲ ਤੁਹਾਡੀ ਖੈਰੀਅਤ ਨਹੀਂ, ਇਸ ਤਰੀਕੇ ਦੇ ਅਸੀਂ ਕੈਮਰੇ ਪੁਲਿਸ ਨੇ ਮੋਹਾਲੀ ਦੇ ਵਿੱਚ ਲਗਾ ਦਿੱਤੇ ਨੇ, ਕਿਉਂਕਿ ਹੁਣ ਤੱਕ ਦੀ ਚਰਚਾ ਸੀ ਕਿ ਚੰਡੀਗੜ੍ਹ ਚਲਾਨ ਹੁੰਦਾ ਹੈ, ਪੰਜਾਬ ਦੀ ਪੁਲਿਸ ਤਾਂ ਰੋਕਦੀ ਹੀ ਨਹੀਂ।